ਪਿੱਛੋਂ ਤੁਰੇ ਆਉਂਦੇ ਆ। ਆਹ ਬਰਾਤ ਜਾਂਦੀ ਪਈ ਹੈ ਲਾਈਕ ਜਿਹੜੇ ਰਾਜਸਥਾਨੀ ਮੁਸਲਿਮਸ ਹੋਏ। ਅੱਛਾ ਆਹ ਮਤਲਬ ਫੈਮਿਲੀ ਬਿਜ਼ਨਸ ਹੈ। ਹਾਈ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ। ਐਂਡ ਅੱਜ ਮੈਂ ਬਿਲਕੁਲ ਸਿਟੀ ਪੈਲਸ ਦੇ ਨਾਲ ਅਤੇ ਜਿਹੜੀ ਲੇਕ ਦੇ ਨਾਲ ਅਸੀਂ ਰੁਕੇ ਹਾਂ ਉਹਦੇ ਨਾਲ ਹੀ ਬਿਲਕੁਲ ਇੱਕ ਮਿਊਜ਼ੀਅਮ ਹੈ। ਆਈ ਐਮ ਦੇਅਰ ਐਂਡ ਮਿਊਜ਼ੀਅਮ ਐਂਡ ਦਿਸ ਸਾਈਡ ਮਿਊਜ਼ੀਅਮ ਹੈ। ਸੋ ਆਈ ਐਮ ਜਸਟ ਗੋਇੰਗ ਟੂ ਐਂਟਰ। ਅਤੇ ਮਤਲਬ ਬੜਾ ਵਧੀਆ, ਮਤਲਬ ਆਰਟਿਸਟਿਕ ਜਿਹੀ ਲੋਕੇਸ਼ਨ ਹੈ ਐਂਡ ਸਾਰੀ ਮਤਲਬ ਰਾਜਸਥਾਨ ਦੀ ਹਿਸਟਰੀ ਐਂਡ ਆਲ। ਤਾਂ ਇਹ ਐਂਟਰੀ ਹੈ ਮਿਊਜ਼ੀਅਮ ਦੀ ਐਂਡ ਗੋ ਫਰੋਮ ਹੇਅਰ। ਸੋ ਆਹ ਜਿਹੜੀਆਂ ਨੇ ਸਾਰਾ ਮਤਲਬ ਕੁਛ ਜ਼ਿਆਦਾ ਵੱਡਾ ਮਿਊਜ਼ੀਅਮ ਨਹੀਂ ਹੈ, ਬਟ ਇੱਥੇ ਸਾਰਾ ਕਲਚਰ ਦਿਖਾਇਆ ਹੋਇਆ ਵੀ ਇੱਥੇ ਰਾਜਸਥਾਨ ਦਾ ਬੇਸਿਕ ਕਲਚਰ ਜਿਹੜਾ ਹੈਗਾ। ਮਤਲਬ ਦਿਸ ਇਜ਼ ਦਾ ਫਸਟ ਟਾਈਮ ਆਈ ਐਮ ਸੀਇੰਗ ਰਾਜਸਥਾਨੀ ਔਰ ਰੀਡਿੰਗ ਅਬਾਊਟ ਰਾਜਸਥਾਨਸ ਕਲਚਰ। ਬਿਕੋਜ਼ ਮੈਂ ਪਹਿਲਾਂ ਇੱਥੇ ਪਹਿਲਾਂ ਆਪ ਘੁੰਮਿਆ ਸਾਰਾ ਦੇਖਿਆ, ਮੈਂ ਦੈਨ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਐਂਡ ਮੈਂ ਟਰਾਈ ਕੀਤਾ ਵੀ ਜ਼ਿਆਦਾ ਕੈਮਰੇ ਦੇ ਉੱਥੇ ਨਾ ਆਵਾਂ। ਐਂਡ ਆਹ ਸਭ ਤੋਂ ਵਧੀਆ ਲੱਗਿਆ ਮੈਨੂੰ ਦਿਸ ਨਾ ਅਬਾਊਟ ਫਲਾਵਰਸ, ਕਿਉਂਕਿ ਇੱਥੇ ਮੇਰੇ ਖਿਆਲ ਨਾਲ ਫੁੱਲ ਡਿੱਗੀ ਜਾਂਦੇ ਆ ਕੰਟੀਨਿਊਸਲੀ, ਸਾਰੇ ਇੱਥੇ ਇਕੱਠੇ ਹੋ ਰਹੇ, ਬਹੁਤ ਸੋਹਣਾ ਲੱਗਦਾ ਮੈਨੂੰ। ਸੋ ਇੱਦਾਂ ਉਹ ਕਹਿ ਲਓ ਵੀ ਆਪਣਾ ਚੈਸ ਕਹਿੰਦੇ ਆ। ਸੀ ਕਿੰਨਾ ਮਤਲਬ ਵਧੀਆ ਸਾਰਾ, ਐਂਡ ਯੂ ਕੈਨ ਸੀ ਮੀ ਆਲਸੋ। ਪਤਾ ਨਹੀਂ ਹੈ ਕਿ ਮੈਨੂੰ ਐਗਜੈਕਟਲੀ ਨਹੀਂ ਪਤਾ, ਬਟ ਸੋਹਣਾ ਜੋ ਵੀ ਹੈ। ਐਂਡ ਇੱਧਰ ਵੀ ਪਤਾ ਨਹੀਂ ਪਿਛਵਈ ਕਕਸ਼, ਪਿਛਵਈ ਰੂਮ ਕਿਹੜਾ ਹੁੰਦਾ, ਪਿਛਵਈ ਸਟਾਈਲ ਆਫ ਪੇਂਟਿੰਗ ਓਰੀਜਨੇਟਡ ਅਰਾਊਂਡ 400 ਦਿਸ ਰੂਮ ਐਗਜ਼ਿਬਿਟਸ ਪੇਂਟਿੰਗਸ ਮੇਡ ਇਨ ਦਾ ਪਿਛਵਈ ਸਟਾਈਲ ਦੈਟ ਮੈਨੀਫੈਸਟ ਦ ਵੇਰੀਅਸ ਫਾਰਮਸ ਆਫ ਸ਼੍ਰੀ ਨਾਥ ਜੀ। ਪਤਾ ਨਹੀਂ ਬਟ ਇਟ ਇਜ਼ ਨਾਈਸ ਦਿਸ ਮੀਨਸ। ਸੋ ਇੱਧਰੋਂ ਮੈਂ ਨੀਚੇ ਵਾਲੇ ਫਲੋਰ 'ਤੇ ਆਇਆ ਸੀਗਾ ਅਤੇ ਇੱਥੇ ਇਹਨਾਂ ਨੇ ਮਤਲਬ ਇੱਥੇ ਸਾਰੀਆਂ ਟਰਬਨਸ ਨੇ ਰਾਜਸਥਾਨੀ ਸਟਾਈਲ ਦੀਆਂ, ਲਾਈਕ ਟਰਬਨ ਮਿਊਜ਼ੀਅਮ ਇੱਥੇ ਲਿਖਿਆ ਹੋਇਆ। ਐਂਡ ਮਤਲਬ ਇੱਥੇ ਤੁਹਾਨੂੰ ਹਰ ਤਰੀਕੇ ਦੀਆਂ ਜਿੰਨੀਆਂ ਵੀ ਟ੍ਰੈਡੀਸ਼ਨਲ ਰਾਜਸਥਾਨੀ ਸਟਾਈਲ ਟਰਬਨ ਸੀ, ਮਤਲਬ ਹਰ ਟਰਬਨ ਦਾ ਵੱਖਰਾ ਵੱਖਰਾ ਉਹ ਹੈ ਵੀ ਕਿਹੜੇ ਲੋਕ ਇਹਨੂੰ ਬੰਨਦੇ ਹੁੰਦੇ ਸੀਗੇ। ਲਾਈਕ ਇਹ ਮੈਂ ਪੜ੍ਹਿਆ ਸੀ ਇਹ ਮੁਸਲਿਮਸ ਦੀ ਸੀਗੀ, ਲਾਈਕ ਜਿਹੜੇ ਰਾਜਸਥਾਨੀ ਮੁਸਲਿਮਸ ਉਹ ਇੱਦਾਂ ਦੀ ਪੱਗ ਬੰਨਦੇ ਹੁੰਦੇ ਸੀ। ਬਿਕੋਜ਼ ਸਮਟਾਈਮਸ ਜਦੋਂ ਕੋਈ ਓਪਰਾ ਹੁੰਦਾ ਨਾ ਜਿਵੇਂ ਉਹਨੇ ਅੰਦਰ ਸੀਗੇ ਤਾਂ ਮੈਂ ਰਿਕਾਰਡ ਕਰਦਾ ਚੰਗਾ ਨਹੀਂ ਲੱਗਦਾ, ਸੋ ਮੈਂ ਅਵੋਇਡ ਕਰਦਾ ਵੀ ਕਿਸੇ ਨੂੰ ਐਵੇਂ। ਕਈ ਵਾਰੀ ਅਗਲਾ ਆਪਣੀ ਪ੍ਰਾਈਵੇਸੀ ਭਾਲਦਾ ਹੁੰਦਾ। ਆ ਹੋਲ ਸੈਕਸ਼ਨ ਮਤਲਬ ਇਹਨਾਂ ਨੇ ਸਪੈਸੀਫਿਕਲੀ ਇਸੇ ਚੀਜ਼ ਲਈ ਬਣਾਇਆ, ਇਟ ਇਜ਼ ਨਾਈਸ। ਮੈਂ ਪਹਿਲਾਂ ਸਾਰੀਆਂ ਦੇਖ ਰਿਹਾ ਦੈਨ ਮੈਂ ਵੀਡੀਓ ਬਣਾ ਰਿਹਾ, ਸਿਰ ਤੋਂ ਕੰਮ ਗਏ। ਦਿਸ ਇਜ਼ ਦਾ ਆਊਟਸਾਈਡ ਸਰਾਊਂਡਿੰਗਸ ਐਂਡ ਆਈ ਡੋਨਟ ਨੋ ਵਾਟ ਇਜ਼ ਇਨ ਹੇਅਰ, ਮੇਬੀ ਮਿਊਜ਼ੀਕਲ ਇੰਸਟਰੂਮੈਂਟਸ, ਆ ਤਬਲਾ ਐਂਡ ਦੈਟਸ ਇਟ। ਨਾ ਕੀ ਹੈ ਫਲੂਟ, ਨਾ ਦਿਸ ਇਜ਼ ਆਲਸੋ ਫਲੂਟ, ਦਿਸ ਇਜ਼ ਸਿਤਾਰ। ਨਾ 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 ਹੈ ਪਾਗਲ ਸਿਤਾਰ, ਚਲੋ ਵਟਐਵਰ। ਇਹ ਕਿਆ ਆਪ ਹੱਥ ਸੇ ਬਣਾਤੇ ਹੋ ਸਾਰਾ ਕੁਛ, ਹੱਥ ਸੇ ਬਣਾਤੇ ਹੋ ਸਾਰਾ ਕੁਛ, ਇੱਕ ਇੱਕ ਚੀਜ਼? ਅੱਛਾ
दिखाओ। और ये सारा आप खुद बनाते हो? ये सिर्फ ये अकेले आप ही बनाते हो कि राजस्थान में सभी? अच्छा, अब मतलब फैमिली बिजनेस है। और दुकानें और कहाँ कहाँ है आपकी? ये बस ये मेरा दुकान है, मैं तो ये कोई ज़्यादा नहीं है, मैं तो बनाते रहता हूँ, बेचते रहता हूँ। चलिए धन्यवाद। सो क्या चीज़ यार, पता क्या सेफ्टी भी दे देंगे गाड़ी में लगाने के लिए। मैं बताता हूँ, पता क्या कैरी करना मुश्किल है, ख़राब हो जाएगा रास्ते हमें, क्योंकि अभी आगे और जगह जाना है, ऐसे कोई बात मुश्किल नहीं। So this is all about museum. It's nice overall if you ask me. Then and here is the exit. So I exit. दिस इज द मैरिज सैक्शन जिते मतलब मैंने दिखाया हुआ भी इन्हें राजे ब्याह किमें करते हैं। सो आ बीबिया इतने मतलब गाँव बजा बीबिया कर दया हुई सी। अंकल चैनाई जी बजा हों, सो इतने लाड़ा तो घरवाली बह के मतलब शगन शुगन पाने और वगैरह सारे पता नहीं की कर रहे अंकल। अच्छा ये पंडित जी ने मैं कोई सरबाला सरबूला ही लगता आ रहा हिस्टरी दी ना। ओके माइंड योर हेड। ओके जी, सो इधरों जो जाने तो आओ सिक्योरिटी गार्ड इन्होंने रखे तो आ हाथी पिछों तुरे आए आ बरात जाती पी है। From here they go till here. इतने की है सासु आरती। अच्छा इन्ह की जड़ी लाइक लाड़े की आरती करती है सस। एंड जे किसी नहीं पता लाड़ा मतलब होने वाला दूल्हा इन पंजाबी इट्स कॉल्ड लाड़ा। हेयर दे आर टेकिंग फेरे ना, 7 rounds of fire it's written here, I didn't know 7 rounds of fire. So and ethe shwara shagan just like same now just matlab hon apne ki ab thoda western culture aa gaya thode baki ta basics ta same ne। मेरी हाइट बड़ी है यार, मैंने तो पहला तो सिर बचा के जाना सब दो बारी तो मैं सिर मार लिया थे। व्हाट इज दिस, सो दिस इज नाइस, आई एम हैप्पी टू बी हियर। अच्छा मतलब ये जो दुल्हन लेके आते होंगे जिन्हें भी स्टैचूज बनाए हैं, शिट एंड आई डोंट नो व्हाट इज अप देयर, आई एम नॉट गोइंग, इट इज स्केरी। सो चलो बाहर चलिए, वेयर आर दे इज गोइंग, मुझे लगा पौड़ियां हैं। चलो बाहर नाउ लेट्स गो आउट फ्रॉम हियर। सो ए सी जी ना जिन्हें इन्हें जादू कितना करते हैं। So this is the exit.